रहे हो? सत श्री अकाल। होप आ सारे बहुत चंगी तरह ठीक ठाक रह रहे होंगे। मौसम इतने बहुत गर्म है तो एसी लाया हुआ है रूम चाह इतने का 30-32 डिग्री टेंपरेचर चल रहा है। हाँ पर यह है भी बदल बहुत छेती आ जाते इतने, बारिश का नहीं कुछ भी पता कदों आ जाती है। तो हूँ अज का प्रोग्राम पहला सानू जो रूट साडा यह है कि असी पद्मनाथन टैंपल जाना, जिसलिए असी हूँ अर्ली इन द मॉर्निंग उठते हो। इस टाइम टाइम 4:57 होए ने। पद्मनाथ टैंपल के कुछ रूल हैं, रेगुलेशन ने, उत्थे मत्था टेकन लई जेंट्स नू लुंगी लाउणी पैंदी है, लेडीज़ नू साड़ी लाउणी पैंदी है, जो कि उत्थे रेंटल उत्ते मिल जाती है। तो असी इत्थों शावर लेके उत्थे चले आ, उत्थे जाके रेंट ते लेके दर्शन करके मत्था टेक के फिर वापस आके ब्रेकफास्ट करके चेकआउट करांगे। तो हुण आपां तुहानू मिलदे आ पद्मनाथ टैंपल वालों जाते हुए। असीं हुण निकल लगे हाँ अप्रोक्सीमेट 4:30 ਦੇ ਉੱਠੇ ਹੋਏ, 6:15 ਨਿਕਲ ਲੱਗੇ ਹਾਂ। ਡਾਕਟਰ ਸਾਹਿਬ ਇਹ ਔਰਡਰ ਦੇ ਰਹੇ ਨੇ ਜੀ ਆਪਣਾ ਬ੍ਰੇਕਫਾਸਟ ਦਾ ਐਡਵਾਂਸ 'ਚ, ਅਤੇ ਗੱਡੀ ਸਾਡੀ ਆ ਗਈ। ਹੁਣ ਅਸੀਂ ਚੱਲੇ ਹਾਂ ਪਦਮਨਾਥ ਟੈਂਪਲ, ਉਸ ਤੋਂ ਆ ਕੇ ਵਾਪਸ ਬ੍ਰੇਕਫਾਸਟ ਕਰਕੇ ਫਿਰ ਤਿਆਰ ਹੋਵਾਂਗੇ। ਸ਼ਾਵਰ ਲੈ ਕੇ ਸਾਰੇ ਚੱਲੇ ਹਾਂ, ਮਿਲਦੇ ਹਾਂ ਤੁਹਾਨੂੰ ਹੁਣ ਆਪਾਂ ਰਸਤੇ 'ਚ। ਲਓ ਜੀ ਸਵੇਰੇ ਸਵੇਰੇ ਆਪਾਂ ਨਿਕਲ ਪਏ ਜੀ ਪਦਮਨਾਥ ਟੈਂਪਲ ਵੱਲ ਨੂੰ। ਮੌਸਮ ਦੇਖੋ ਸਵੇਰੇ ਦਾ ਠੰਡਾ ਹੈ, ਖੈਰ ਇਹ ਦੇਖੋ ਬਾਹਰ ਹਵਾ ਚੱਲ ਰਹੀ ਹੈ ਠੰਡੀ ਠੰਡੀ, ਹਲੇ ਸੂਰਜ ਚੜ੍ਹਿਆ ਨਹੀਂ ਹੈਗਾ। ਅਤੇ ਅਰਲੀ ਇਨ ਦਾ ਮੋਰਨਿੰਗ ਅਸੀਂ ਜਾ ਰਹੇ ਹਾਂ ਤਾਂ ਕਿ ਥੋੜ੍ਹਾ ਰਸ਼ ਘੱਟ ਮਿਲੇ ਅਤੇ ਅਸੀਂ ਜਲਦੀ ਵਾਪਸ ਆ ਜਾਈਏ, ਕਿਉਂਕਿ ਆ ਕੇ ਅਸੀਂ ਫਿਰ ਬ੍ਰੇਕਫਾਸਟ ਕਰਨਾ, ਤਿਆਰ ਹੋਣਾ, ਕੱਪੜੇ ਕੁੱਪੜੇ ਪਾਉਣੇ ਆ, ਪੈਕਿੰਗਾਂ ਕਰਨੀਆਂ, ਕਿਉਂਕਿ ਅੱਜ ਸਾਡਾ ਜੋ ਰੂਟ ਪਲੈਨ ਇਹ ਆ ਕਿ ਅਸੀਂ ਅੱਗੇ ਐਲ ਪੀ ਜਾਣਾ ਅੱਜ। ਤਾਂ ਐਲ ਪੀ ਦਾ ਵੀ ਰਸਤਾ ਇੱਥੇ 4-5 ਘੰਟੇ ਦਾ ਹੈਗਾ, ਅਤੇ ਵਿੱਚ ਅਸੀਂ ਜੋ ਅਟਰੈਕਸ਼ਨ ਪੁਆਇੰਟ ਨੇ ਉਹ ਦੇਖਦੇ ਜਾਣਾ, ਇਸ ਕਰਕੇ ਟਾਈਮ ਵੀ ਸਾਨੂੰ ਜ਼ਿਆਦਾ ਲੱਗੇਗਾ। ਅਰਲੀ ਇਨ ਦਾ ਮੋਰਨਿੰਗ ਸੀਨਰੀ ਦੇਖੋ, ਸਾਰੀਆਂ ਸੰਗਤਾਂ ਦੇਖੋ ਤਿਆਰ ਹੋਈਆਂ। ਵੀਰ ਸਿੰਘ ਥੋੜ੍ਹਾ ਜਲਦੀ ਉੱਠਿਆ ਹੋਇਆ, ਇੱਕ ਰਾਤ ਦਾ ਇਹਨੇ ਡਿਨਰ ਨਹੀਂ ਕੀਤਾ, ਭੁੱਖ ਲੱਗ ਰਹੀ ਹੈ। ਅਤੇ ਹੁਣ ਅਸੀਂ ਜਾ ਰਹੇ ਹਾਂ ਸਾਰੇ ਈਸਟ ਗੇਟ ਵੱਲ ਨੂੰ, ਈਸਟ ਗੇਟ ਤੋਂ ਐਂਟਰ ਕਰਾਂਗੇ ਅਸੀਂ, ਉੱਥੋਂ ਕੱਪੜੇ ਵਗੈਰਾ ਚੇਂਜ ਕਰਕੇ। ਇਹ ਆਲੇ ਦੁਆਲੇ ਦੇਖੋ ਟੈਂਪਲ ਨੂੰ ਰੋਡ ਜਾਂਦੀ ਹੈ, ਹਰ ਗੇਟ 'ਤੇ ਸਾਈਡ ਲਗਭਗ ਇਸ ਤਰ੍ਹਾਂ ਦੀ ਰੋਡ ਜਾਂਦੀ ਹੈ। ਲਓ ਜੀ ਪਹੁੰਚ ਗਏ ਆਪਾਂ ਸਾਹਮਣੇ, ਦੇਖੋ ਮੰਦਰ ਦਿਖ ਰਿਹਾ। ਇਹਨੂੰ ਰਿਚੈਸਟ ਮੰਦਰਾਂ ਵਿੱਚੋਂ ਮੰਨਿਆ ਜਾਂਦਾ ਇੰਡੀਆ ਦੇ, ਜਿਹਦੇ ਕਿ ਹਲੇ ਕਈ ਤਹਿਖਾਨੇ ਜੇ ਖੁੱਲ੍ਹੇ ਨਹੀਂ ਗਏ ਹੈਗੇ, ਮੈਨੂੰ ਲੱਗਦਾ 2 ਤਹਿਖਾਨੇ ਖੁੱਲ੍ਹੇ ਗਏ। ਤਾਂ ਅਸੀਂ ਈਸਟ ਗੇਟ ਵੱਲੋਂ ਜਾ ਰਹੇ ਹਾਂ, ਤਾਂ ਇੱਥੇ ਕੱਪੜੇ ਚੇਂਜ ਕਰਨੇ ਪੈਣੇ ਆ। ਦੇਖੋ ਇੱਦਾਂ ਇੱਕ ਲੌਕ ਰੂਮ ਹੈ ਜਿੱਥੇ ਸਮਾਨ ਜਮ੍ਹਾਂ ਹੁੰਦਾ, ਲਗੇਜ ਵਗੈਰਾ ਜਮ੍ਹਾਂ ਹੁੰਦਾ। ਧੋਤੀ ਕਾਊਂਟਰ ਵੀ ਆ, ਤਾਂ ਇੱਥੋਂ ਸਾਨੂੰ ਲੈਣੇ ਪੈਣੇ ਹੁਣ ਧੋਤੀਆਂ। ਇਹ ਕਲੋਕ ਰੂਮ ਹੈ ਜੀ, ਹੋਰ ਟੈਂਪਲ ਦਾ ਗਵਰਨਮੈਂਟ, ਇਹ ਮਿਊਜ਼ੀਅਮ ਹੈ। ਲਓ ਜੀ ਟੈਂਪਲ ਵੱਲ ਨੂੰ ਜਾ ਰਹੇ ਹਾਂ, ਦੇਖੋ ਸ਼ਾਂਤੀ ਹੈ ਬਹੁਤ। ਟੈਂਪਲ ਦੇ ਈਸਟ ਗੇਟ ਦੀ ਵੀਡੀਓ ਇਹ ਜਿਹੜੀ ਤੁਸੀਂ ਦੇਖ ਰਹੇ ਹੋ, ਇੱਦਾਂ ਥਾਂ ਥਾਂ 'ਤੇ ਇੱਥੇ ਕਿ ਸਮਾਨ ਰੱਖਣ ਦੇ ਕਾਊਂਟਰ ਬਣੇ ਹੋਏ ਨੇ। ਲੇਡੀਜ਼ ਸਾੜੀ ਪਾਉਂਦੀਆਂ ਨੇ ਇੱਥੇ, ਜੈਂਟਸ ਸਿੱਧਾ ਧੋਤੀ ਪਾਉਂਦੇ ਨੇ ਟੈਂਪਲ 'ਚ ਮੱਥਾ ਟੇਕਣ ਲਈ ਜਾਣ ਲਈ। ਚਾਰਜਿਸ ਦੇਖੋ ਮੰਦਰ ਦੇ ਨੇੜੇ ਤੋਂ ਵੀਡੀਓ, ਇਹ ਪ੍ਰਸ਼ਾਦ ਸ਼ੋਪਸ ਨੇ ਸਾਰੀਆਂ, ਜਾਂ ਸਮਾਨ ਰੱਖਣ ਵਾਲੇ ਕਾਊਂਟਰ ਨੇ ਜਾਂ ਧੋਤੀ ਕਾਊਂਟਰ ਨੇ। ਇਸ ਤੋਂ ਅੱਗੇ ਫਿਰ ਵੀਡੀਓਗ੍ਰਾਫੀ ਅਲਾਊਡ ਨਹੀਂ ਹੈਗੀ ਟੈਂਪਲ ਦੇ ਅੰਦਰ। ਹਾਂ ਇੱਥੇ ਧੋਤੀ ਧੋਤੀ ਦੇਖ ਰਹੇ ਹਾਂ। ਡਾਕਟਰ ਸਾਹਿਬ ਕੀ ਰੇਟ ਮਿਲ ਰਿਹਾ? 60 ਰੁਪਏ ਧੋਤੀ ਤੇ ਇਹਨਾਂ ਦੀ ਸਾੜੀ ਸੂੜੀ ਸਾੜੀ ਦੀ ਲੋੜ ਨਹੀਂ ਕਹਿੰਦੇ, ਬਸ ਲੈ ਕੇ ਸੂਟ ਦੇ ਉੱਪਰ ਉਹਦੀ ਧੋਤੀ ਲਪੇਟ। ਓਕੇ ਓਕੇ ਫਿਰ ਠੀਕ ਆ, ਗੁੱਡ ਹੈ, ਸਾੜੀ ਦੀ ਲੋੜ ਨਹੀਂ, ਲੇਡੀ ਸੂਟ ਦੇ ਉੱਪਰ ਧੋਤੀ ਲਪੇਟ ਲਓ, 60 ਰੁਪਏ ਪਰ ਧੋਤੀ ਮਿਲ ਰਹੀ ਹੈ। ਜਾਏ ਮੰਦਰ ਮੱਥਾ ਟੇਕ ਆਏ, ਬਹੁਤ ਟਾਈਮ ਲੱਗ ਗਿਆ, ਟਾਈਮ ਬਹੁਤ ਲੱਗ ਗਿਆ ਉੱਥੇ, 1.5 ਘੰਟਾ ਤਾਂ ਸਾਨੂੰ ਲਾਈਨ 'ਚ ਹੀ ਲੱਗ ਗਿਆ ਖੜਿਆਂ ਨੂੰ, ਅਤੇ ਅੰਦਰ ਘੰਟਾ ਅੰਦਰ ਲੱਗ ਗਿਆ। ਤਾਂ ਆਲਮੋਸਟ ਅਸੀਂ ਸਾਰਾ ਹੁਣ ਘੁੰਮ ਫਿਰ ਕੇ ਮੱਥਾ ਟੇਕ ਕੇ ਆ ਗਏ,
ਔਰ ਪੈਰ ਦੁਖਣ ਲੱਗ ਗਏ ਪੈਰ ਸਾਡੇ ਬੁਰੀ ਤਰ੍ਹਾਂ ਦੁਖ ਰਹੇ ਕਿਉਂਕਿ ਅਸੀਂ ਖਾਲੀ ਪੇਟ ਆਏ ਹੋਏ ਆ ਬ੍ਰੇਕਫਾਸਟ ਨਹੀਂ ਕੀਤਾ ਸੀ ਤਾਂ ਹੁਣ ਅਸੀਂ ਚੱਲੇ ਆ ਕਿ ਰਾਤ ਡਿਨਰ ਵੀ ਸਕਿਪ ਹੋਇਆ ਵਾ ਜੋ ਸਾਡੇ ਕੋਲ ਸਨੈਕਸ ਸੀ ਉਹ ਹੀ ਖਾਧਿਆ ਸੀ ਤੇ ਹੁਣ ਜਾਵਾਂਗੇ ਸਭ ਤੋਂ ਪਹਿਲਾਂ ਹੁਣ ਬ੍ਰੇਕਫਾਸਟ ਕਰਕੇ ਫਿਰ ਕੱਪੜੇ ਚੇਂਜ ਕਰਕੇ ਫਿਰ ਐਲ ਪੀ ਲਈ ਨਿਕਲਾਂਗੇ ਤਾਂ ਇੱਕ ਵਾਰ ਤੁਹਾਨੂੰ ਜਾਂਦੇ ਹੋਏ ਫਿਰ ਮੈਂ ਮੰਦਰ ਤਾਂ ਇਹ ਸੀ ਟੈਂਪਲ ਦਾ ਵਿਊ ਹੁਣ ਅਸੀਂ ਇੱਥੋਂ ਮਿਲਦੇ ਹਾਂ ਤੁਹਾਨੂੰ ਹੁਣ ਜਾ ਕੇ ਹੋਟਲ ਵਿੱਚ ਲਓ ਜੀ ਸਾਡਾ ਹੋ ਗਿਆ ਚੈੱਕਆਊਟ ਇੱਥੋਂ ਆਪਣਾ ਹੋਟਲ ਸੀ ਹੋਟਲ ਮਾਰੀਨ ਪੈਲਸ ਕੋਬਲਮ 'ਚੋਂ ਲਗੇਜ ਅਸੀਂ ਉੱਪਰ ਰੱਖਤਾ ਅਤੇ ਹੁਣ ਬਸ ਇੱਥੋਂ ਨਿਕਲਣ ਦੀ ਤਿਆਰੀ ਹੈ ਸਾਰੇ ਰੈਡੀ ਬੈਠੇ ਹਾਂ ਬਸ ਨਿਕਲਣ ਲੱਗੇ ਹੁਣ ਇੱਥੋਂ ਕੋਬਲਮ ਤੋਂ ਨਿਕਲ ਗਏ ਹੁਣ ਆਪਾਂ ਚੱਲੇ ਹਾਂ ਐਲ ਪੀ ਵੱਲ ਨੂੰ ਅਤੇ ਐਲ ਪੀ ਦਾ ਰਾਹ ਇੱਥੋਂ ਅਪਰੋਕਸੀਮੇਟ 4.5 ਘੰਟੇ ਦਾ ਹੈਗਾ ਅਤੇ ਟਾਈਮਲੀ ਬਸ ਪਹੁੰਚ ਜਾਈਏ ਇੰਨਾ ਬਹੁਤ ਹੈ ਅਤੇ ਬਾਕੀ ਐਲ ਪੀ ਦੇ ਵਿੱਚ ਹਾਊਸਬੋਟ ਤਾਂ ਸਾਨੂੰ ਨਹੀਂ ਅਵੇਲੇਬਲ ਹੋਈ ਤਾਂ ਫਿਰ ਸ਼ਿਕਾਰਾ ਰਾਈਡ ਅਸੀਂ ਬੁੱਕ ਕਰੀ ਆ ਕੱਲ੍ਹ ਲਈ 2-2.5 ਘੰਟੇ ਲਈ ਸ਼ਿਕਾਰਾ ਰਾਈਡ ਹੈ ਤਾਂ ਉਹ ਸਾਰਾ ਬੈਕ ਬਟਨ ਨੂੰ ਕਵਰ ਕਰ ਦੇਣਗੇ ਅਤੇ ਬਾਕੀ ਡਿਪੈਂਡ ਕਰਦਾ ਕਿ ਅੱਜ ਆਪਾਂ ਕਿੰਨੇ ਕੁ ਵਜੇ ਪਹੁੰਚਦੇ ਹਾਂ ਤਾਂ ਕਿ ਐਲ ਪੂਜਾ ਬੀਚ ਵੀ ਦੇਖ ਲਈਏ ਰਸਤੇ 'ਚ ਇੱਕ 2 ਟੂਰਿਸਟ ਅਟਰੈਕਸ਼ਨ ਆਉਣਗੇ ਤਾਂ ਉਹ ਆਪਾਂ ਦੇਖਦੇ ਹੋਏ ਚੱਲਦੇ ਹਾਂ ਲਓ ਜੀ ਆਪਾਂ ਪਹੁੰਚ ਗਏ ਤ੍ਰਿਵੇਂਦਰਮਪੁਰਮ ਦੇ ਵਿੱਚ ਇੱਥੇ ਇੱਕ ਜੂ ਹੈ ਬਾਕੀ ਮਿਊਜ਼ੀਅਮ ਨੇ ਕਈ ਅਤੇ 3D ਥੀਏਟਰ ਹੈ ਇਹ ਇਹਦਾ ਲੇਆਊਟ ਹੈ ਦੇਖੋ ਇਹਦਾ ਲੇਆਊਟ ਹੈ ਇਹਦੇ ਵਿੱਚ ਇਹ ਸਾਰਾ ਕੁਝ ਹੈ ਜਿਵੇਂ ਨੈਪੀਅਰ ਮਿਊਜ਼ੀਅਮ ਹੈ ਸ਼੍ਰੀ ਚਿੱਤਰਾ ਇਨਕਲੇਵ ਹੈ ਐਕੁਐਰੀਅਮ ਹੈ ਉਹ ਤੋਂ ਬਾਅਦ ਪੈਨਕਰੀ ਗੈਲਰੀ ਹੈ ਨੈਚੁਰਲ ਹਿਸਟਰੀ ਮਿਊਜ਼ੀਅਮ ਹੈ 3D ਥੀਏਟਰ ਹੈ ਯੂ ਆ ਅਤੇ ਇੱਕ ਹੋਰ ਚਿੱਤਰਾ ਆਰਟ ਗੈਲਰੀ ਹੈ ਤਾਂ ਇਹ ਸਾਰੇ ਪਲੇਸਿਸ ਦੇਖਣ ਲਈ ਆਪਾਂ ਆਏ ਹਾਂ ਪਰ ਇਸ ਟਾਈਮ ਧੁੱਪ ਇੱਥੇ ਬਹੁਤ ਜ਼ਿਆਦਾ ਤੇਜ਼ ਹੈ ਜਿਵੇਂ ਮਤਲਬ ਚੁੱਭਦੀ ਆ ਮਤਲਬ 30-32 ਡਿਗਰੀ ਟੈਂਪਰੇਚਰ ਹੋਊਗਾ ਪਰ ਚੁੱਭ ਰਿਹਾ ਬਹੁਤ ਗਰਮੀ ਹੈ ਤਾਂ ਚੱਲਦੇ ਹਾਂ ਆਪਾਂ ਹੁਣ ਮਿਊਜ਼ੀਅਮ ਵੱਲ ਨੂੰ ਪਾਈਨਐਪਲ ਖਾਓ ਪਾਈਨਐਪਲ ਸਵਾਦ ਹੈ ਇੱਥੇ ਫਰੈਸ਼ ਹੁੰਦਾ ਹੈ ਬਿਲਕੁਲ ਬਰੀਕ ਬਰੀਕ ਜਾਂ ਨਾਲੇ ਪਤਲਾ ਪਤਲਾ ਜਿਹਾ ਕੱਟਦੇ ਨੇ ਚਾਹੇ ਮਿਰਚ ਪਵਾ ਲਓ ਚਾਹੇ ਨੋਰਮਲ ਕੀ ਰੇਟ ਹੈ 50 ਰੁਪਏ ਨਾ ਇੱਥੇ 40 ਰੁਪਏ ਪਲੇਟ ਦੀ ਹੈ ਨਾ ਇਹ 40 ਰੁਪਏ ਪਲੇਟ ਪਹਿਲੇ ਨੰਬਰ 'ਤੇ ਆਪਾਂ ਦੇਖਦੇ ਹਾਂ ਜੀ ਨੈਚੁਰਲ ਹਿਸਟਰੀ ਮਿਊਜ਼ੀਅਮ ਇਹ ਹੈ ਜੀ ਨੈਚੁਰਲ ਹਿਸਟਰੀ ਮਿਊਜ਼ੀਅਮ ਅੰਦਰ ਜਾ ਕੇ ਦੇਖਦੇ ਹਾਂ ਹੁਣ ਜਦ ਤੱਕ ਉਹ ਟਿਕਟਾਂ ਲੈਣ ਗਏ ਹਾਂ ਜੀ ਇੱਥੋਂ ਅੰਦਰ ਜਾ ਕੇ ਪਤਾ ਲੱਗਿਆ ਵੀ ਟਿਕਟ ਕਾਊਂਟਰ ਬਾਹਰ ਹੈ ਇਹਦੇ ਹਾਂ ਉਹਨਾਂ ਟਾਈਮ ਆਪਾਂ ਆਲੇ ਦੁਆਲੇ ਦਾ ਵਿਊ ਦੇਖਦੇ ਹਾਂ ਕਿੰਨੇ ਟਿਕਟਾਂ ਹਨ ਪਰ ਪਰਸਨ ਇਹ ਓਨਲੀ ਅਕੁਏਰੀਅਮ ਦੀਆਂ ਹੈ ਠੀਕ ਚਲੋ ਜੀ ਦੇਖੀਏ ਫਿਰ ਅਕੁਏਰੀਅਮ ਆਪਾਂ ਦੇਖੋ ਜੀ ਅਕੁਏਰੀਅਮ ਫਿਸ਼ ਦਾ ਨਾਮ ਵੀ ਲਿਖਿਆ ਹੋਇਆ ਬਿਗ ਪੈਰਟ ਫਿਸ਼ ਵਾਕਈ ਉਹ ਮੂੰਹ ਹੈ ਐਲੀਗੇਟਰ ਵਰਗਾ ਸ਼ੋਵਲ ਨੋਸਟ ਕੈਟਫਿਸ਼ ਲਓ ਜੀ ਆਪਾਂ ਹੁਣ ਆ ਗਏ ਨੈਚੁਰਲ ਹਿਸਟਰੀ ਮਿਊਜ਼ੀਅਮ ਤੇ ਨੈਚੁਰਲ ਹਿਸਟਰੀ ਮਿਊਜ਼ੀਅਮ ਇਹਦੇ ਟਿਕਟ ਕਾਊਂਟਰ ਤੇ ਜਾ ਕੇ ਟਿਕਟਾਂ ਲਈਏ ਪਹਿਲਾਂ ਸੀ ਜੀ ਟਿਕਟ ਇਹ ਐਂਟਰੀ ਹੈ ਜੀ ਇਹਦੀ ਇਹ ਹੈਗੀ ਆ ਫਾਲਸ ਕਿਲਰ ਵੇਲ ਇਹ ਦੇਖੋ ਕਲਾਕਾਰੀ ਕਿੰਨੀ ਸੋਹਣੀ ਕੀਤੀ ਹੋਈ ਆ ਲੱਕੜ ਦੀ ਲਓ ਜੀ ਹੱਡੀਆਂ ਦੇਖੋ ਤੁਸੀਂ ਫਿਨ ਵੇਲ ਦੀ ਹੱਡੀ ਹੈ ਇਹ ਦੇਖੋ ਦੇਖੋ ਫਾਲਸ ਕਿਲਰ ਵੇਲ ਦੀ ਹੱਡੀ ਹੈ ਪਿੰਚਰ ਜਿਹੜਾ
ये तो पंछी ने सारे हूँ देखो वो वाला म्यूजियम जड़िया जातियां लुप्त हो चुकिया ने खत्म हो चुकिया ने। चलो ऊपर देखिए चलो हम चलिए ऊपर दे म्यूजियम अमेरिकन जोन बक बक स्टेटां दे होने पहरावे ने नाल ही इत्थे बच्चों का चिल्ड्रन पार्क बनया वा झूले लैण लई कुल मिला के इन्होंने तीन चार म्यूजियम बनाए हुए ने इत्थे ते झूले बनाए हुए ने ते नाल ही व्यू आ मतलब कि एक वधिया टूरिस्ट स्पॉट क्रिएट किया हो जिद नाल इत्थे टूरिस्ट की गिणती काफ़ी रहिंदी आ सारा साल ही त्रिवेंद्रमपुरम दे विच मेन है तो इत्थे हैगा 3D डायनासोर टिकट हैगी अडल्ट 30 चिल्ड्रन भी ਤਾਂ ਤੁਹਾਨੂੰ ਮੈਂ ਇੱਥੇ ਦੀ ਖਾਸ ਜਿੱਦਾਂ ਆਪਣੇ ਵੇਰਕਾ ਹੁੰਦਾ ਨਾ ਇੱਥੇ ਆ ਮਿਲਮਾ ਹੁੰਦਾ ਆਹ ਤੁਹਾਨੂੰ ਮੈਂ ਮਿਲਮਾ ਦਾ ਆਹ ਦੇਖੋ ਇਹ ਜਿਵੇਂ ਆਪਣਾ ਵੇਰਕਾ ਚ ਸਾਰਾ ਕੁਝ ਮਿਲਦਾ ਉਹੀ ਇੱਥੇ ਮਿਲਮਾ ਲਓ ਜੀ ਕੋਈ ਖਾ ਰਿਹਾ ਚੋਕਲੇਟ ਕੋਈ ਖਾ ਰਿਹਾ ਸਟ੍ਰੋਬੇਰੀ ਕੋਈ ਵਨੀਲਾ ਠੀਕ ਹੈ ਇਹ ਚਿਲਡਰਨ ਪਾਰਕ ਸੀ 3D ਸ਼ੋ ਅਸੀਂ ਦੇਖ ਨਹੀਂ ਸਕਦੇ ਕਿਉਂਕਿ 3D ਸ਼ੋ ਹੁਣ 5 ਵਜੇ ਆ इस करके थोड़ा मिस हो गया। यह हिमाचल जूस कॉर्नर आ वेरका तो इधर आ पार्क है जू देख गए थे कुछ बंदे साढ़े पर जू की लाइना ही इन्निया लंबिया ने कि अंदर एंट्री में 2 घंटे लग जाने तो असी पहुँचना LAP इस करके जू कैंसल तो असी हूँ अगे चले हैं। लो जी एक ये भी इतने नैपियर म्यूजियम बनया हुआ देखते हैं अंदर चाइना टाउन जी बिल्डिंग ला दी बाकी अंदर जाके पता लगू टिकटां इत्थे सारियां जी इन्नियां ने फैमिली दी 50 रुपए आ अडल्ट दी 20 रुपए आ जिन्हें भी इत्थे आपां म्यूजियम देख आए हैं एक्वेरियम वाला हो गया हिस्टरी वाला 2 यह तीजा इत्थे एंटीक चीज़ां रखियां हुई भी देखो इतने जिन्या बसा ने ना इन्हों के मैं साइड शीशे नहीं देखे है ये बसा के साइड का शीशा नहीं होंगे देखो हूँ आप पहुंचे हैं जी इतने वैली टूरिस्ट विलेज अर्बन एंड ईको पार्क है हूँ ही बनी 2020 इतने बोटिंग है वगैरह हैगी ट्रैम्प वगैरह चलती है तो कुछ एक्टिविटीज वगैरह चल दी इतने आप लें इतो टिकट्स फिर चलते हैं ये टिकट प्राइस है इतने रश देखो जी टिकट काउंटर इतने भी टूरिस्ट सारे पास है इतने भरया पाया पूरा केरला टूरिस्ट नाल जिहड़े स्पॉट ते जाने उत्थे लगता भी इतने नहीं टूरिस्ट होगा पर टूरिस्ट उत्थे पिछले स्पॉट नालों भी ज़्यादा होंदा की रेट है भाई टिकट पर परसन बच्चों की
ਬੱਚਿਆਂ ਦੀ 5 ਤੋਂ 12 ਸਾਲ ਦੀ 5 ਰੁਪਏ 5 ਤੋਂ 12 ਨਹੀਂ 5 ਰੁਪਏ ਬਾਕੀ 20 ਰੁਪਏ ਚਲੋ ਚਲੀਏ ਫਿਰ ਹੁਣ ਦਾ ਵੈਲੀ ਮੈਂਚੋਰ ਰੇਲਵੇ ਵੀ ਹੈਗਾ ਇੱਥੇ ਕੁਝ ਇਦਾਂ ਦਾ ਇਹ ਲਿਖਿਆ ਹੋਇਆ ਇੱਥੇ ਵੈਲੀ ਬੋਟ ਕਲਾਈਮ ਐਂਡ ਵਾਟਰ ਸਪੋਰਟਸ ਸਪੋਰਟਸ ਐਕਟੀਵਿਟੀਜ਼ ਨੇ ਇੱਥੇ ਤੇ ਚੱਲਦੇ ਆਪਾਂ ਹੁਣ ਉਧਰ ਨੂੰ ਦੇਖ ਲਓ ਐਕਟੀਵਿਟੀ ਕੁਝ ਇਦਾਂ ਨੇ ਇਦਾਂ ਦੀ ਇੱਕ ਤਾਂ ਟ੍ਰੇਨ ਵਾਲੀ ਐਕਟੀਵਿਟੀ ਆ ਇਹਦਾ ਰੌਣ ਕਢਾ ਕੇ ਲਿਆਉਂਦੇ ਨੇ ਇਹ ਲੋ ਜੀ ਬੋਟਿੰਗ ਕਾਊਂਟਰ ਦੀ ਪ੍ਰਾਈਸ ਆ ਨੇ ਸਫਾਰੀ ਬੋਟ ਲਈ 15 ਮਿੰਟ ਦਿੰਦੇ ਨੇ ਇਹ ਦੂਜੀ ਬੋਟ ਲਈ 20 ਮਿੰਟ ਦਿੰਦੇ ਨੇ ਦੋ ਐਕਟੀਵਿਟੀਆਂ ਨੇ ਇੱਕ ਇੱਥੇ ਇੱਕ ਤਾਂ ਬੋਟ ਦਾ ਅਤੇ ਦੂਜੀ ਇੱਥੇ ਟ੍ਰੇਨ ਦੀ ਹੈ ਅਤੇ ਇਹ ਨਾਲ ਹੀ ਇੱਥੇ ਇਹਨਾਂ ਦਾ ਰੈਸਟੋਰੈਂਟ ਆ ਅਤੇ ਇੱਥੇ ਜੂਸ ਖਾ ਕੇ ਫਿਰ ਹੁਣ ਅੱਗੇ ਚੱਲਦੇ ਹਾਂ ਕਿਉਂਕਿ ਬੋਟ ਸਾਡੀ ਕੱਲ੍ਹ ਦੀ ਆਲਰੇਡੀ ਬੁੱਕ ਹੀ ਆ ਕੱਲ੍ਹ ਨੂੰ 2-3 ਘੰਟੇ ਦੀ ਬੋਟਿੰਗ ਸਾਡੀ ਹੈਗੀ ਭਾਈ ਹੁਣ ਅਸੀਂ ਡਿਨਰ ਕਰਨ ਲਈ ਰੁਕੇ ਹਾਂ ਹੋਟਲ ਆਰੀਆਸ ਪਿਓਰ ਵੈਜ ਕਿਉਂਕਿ ਅਸੀਂ ਵੈਜੀਟੇਰੀਅਨ ਆ ਸਾਰੇ ਜਿਸ ਕਰਕੇ ਸਾਨੂੰ ਇਹ ਹੁੰਦਾ ਵੀ ਜਿੱਥੇ ਵੀ ਸਾਨੂੰ ਵੈਜੀਟੇਰੀਅਨ ਫੂਡ ਮਿਲੇ ਸਾਨੂੰ ਉੱਥੇ ਰੁਕਣਾ ਚੰਗਾ ਲੱਗਦਾ ਤਾਂ ਸਾਨੂੰ ਇਹ ਰਾਸਤੇ ਵਿੱਚ ਪਿਓਰ ਵੈਜ ਦਾ ਮਿਲਿਆ ਆਰੀਆਸ ਦਾ ਬਹੁਤ ਸੋਹਣੀ ਫੂਡ ਚੇਨ ਹੈ ਇਹ ਆਰੀਆਸ ਦੀ ਕੇਰਲਾ ਵਿੱਚ ਅਤੇ ਹੁਣ ਅਸੀਂ ਇੱਥੇ ਬ੍ਰੇਕ ਡਿਨਰ ਹੀ ਰੁਕੇ ਹਾਂ ਇੱਥੇ ਡਿਨਰ ਕਰਕੇ ਹਾਲੇ ਵੀ ਸਾਡਾ ਐੱਲ ਪੀ ਦਾ 3 ਘੰਟੇ ਦਾ ਰਾਸਤਾ ਪਿਆ ਤਾਂ ਇੱਥੋਂ ਡਿਨਰ ਕਰਕੇ ਅੱਗੇ ਐੱਲ ਪੀ ਲਈ ਨਿਕਲਦੇ ਹਾਂ ਹੋਟਲ ਆਰੀਆਸ ਦਾ ਮੈਨੂੰ ਦੇਖੋ ਬੈਸਟ ਮੈਨੂੰ ਲੱਗਿਆ ਮੈਨੂੰ ਹੁਣ ਤੱਕ ਜਿੰਨਾ ਮੈਂ ਕੇਰਲਾ ਦਾ ਸਫ਼ਰ ਕੀਤਾ ਪ੍ਰਾਈਸ ਬਿਲਕੁਲ ਜਾਇਜ਼ ਪ੍ਰਾਈਸ ਅਤੇ ਫੂਡ ਦੀ ਕੁਆਲਿਟੀ ਬਹੁਤ ਬੈਸਟ ਹੈ ਰੱਖੀ ਹੋਈ ਰੈਸਟੋਰੈਂਟ ਵੀ ਸੋਹਣਾ ਦੇਖੋ ਇਹਨਾਂ ਦਾ ਸਾਰਾ ਰੈਸਟੋਰੈਂਟ ਦਾ ਵਿਊ ਦਿਖਾਉਣਾ ਤੁਹਾਨੂੰ ਮੈਂ ਵਾਸ਼ਰੂਮ ਵੀ ਬੜੇ ਸਾਫ਼ ਸੁਥਰੇ ਸੀ ਇਹਨਾਂ ਦਾ ਕੀ ਔਡਰ ਕੀਤਾ ਹੈ ਕੜਾਈ ਪਨੀਰ ਬਟਰ ਮਸਾਲਾ ਅਤੇ ਮਨਚੂਰੀਅਨ ਕਿੱਦਾਂ ਦਾ ਟੇਸਟ ਹੈ ਗੁੱਡ ਹੈ ਦੇ ਦੀ ਆ ਰਹੀ ਉਹਨੂੰ 10-9 ਨੰਬਰ ਅਸੀਂ ਜਸਟ ਹੁਣੇ ਪਹੁੰਚੇ ਹਾਂ ਟਾਈਮ ਦੇਖੋ 10:41 ਤਾਂ ਇਹ ਸਾਡਾ ਰਿਜ਼ੋਰਟ ਹੈ ਇੱਥੇ ਹੋਟਲ ਚਾਂਦਨੀ ਲੇਕ ਵਿਊ ਸਵੇਰੇ ਤੁਹਾਨੂੰ ਦਿਖਾਊਂਗਾ ਵਿਊ ਇਹ ਹੋਟਲ ਹੈ ਅਤੇ ਇੱਧਰ ਲੇਕ ਹੈ ਅਤੇ ਥੋੜ੍ਹਾ ਜਿਹਾ ਵਿਊ ਤੁਹਾਨੂੰ ਮੈਂ ਦਿਖਾ ਦੇਣਾ ਹੁਣ ਇਹ ਦੇਖੋ ਇਹ ਹੋਟਲ ਹੈ ਅਤੇ ਉਹ ਸਾਹਮਣੇ ਇਹਦਾ ਜਿੱਥੇ ਲਾਈਟਾਂ ਚੱਲ ਰਹੀਆਂ ਨੇ ਉਹ ਪੂਲ ਹੈ ਇਹ ਸਾਡੀ ਗੱਡੀ ਤੋਂ ਲਗੇਜ ਉਤਰਿਆ ਅਤੇ ਗੱਡੀ ਦੀ ਬੈਕ ਸਾਈਡ 'ਤੇ ਬਿਲਕੁਲ ਆ ਜਾਲੀ ਲੱਗੀ ਹੋਈ ਹੈ ਅਤੇ ਇਸ ਦੇ ਬੈਕ 'ਤੇ ਹੀ ਬੈਕ ਵਾਟਰ ਹੈ ਸਵੇਰੇ ਆਪਾਂ ਦੇਖਦੇ ਹਾਂ ਇਹ ਸਾਰਾ ਬੈਕ ਵਾਟਰ ਵਗੈਰਾ ਅਤੇ ਸਵੇਰੇ ਇੱਥੇ ਦੇ ਵਿਊ ਦੇਖਦੇ ਹਾਂ ਦੇਖੋ ਆ ਬਿਲਕੁਲ ਬੈਕ 'ਤੇ ਬੈਕ ਵਾਟਰ ਤਾਂ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਕਲੋਜ਼ ਕਰਦੇ ਹਾਂ ਕਿਉਂਕਿ ਹੁਣ ਆਲਰੇਡੀ ਬਹੁਤ ਲੇਟ ਹੋ ਗਏ ਆਪਾਂ ਇੰਨੀ ਲੇਟ ਕਿਉਂਕਿ 11:45 ਹੋ ਚੁੱਕੇ ਸੌਂਦੇ ਸੌਂਦਿਆਂ ਨੂੰ 11:30 ਵੱਜ ਜਾਣਗੇ ਅਤੇ ਸਵੇਰੇ ਸਾਡੀ ਜਿਹੜੀ ਬੋਟ ਬੁੱਕ ਹੋਈ ਉਹ ਬੋਟ ਹੈਗੀ ਆ 8 ਵਜੇ ਦਾ ਟਾਈਮ ਆ ਤਾਂ 7:45 ਦੇ ਬ੍ਰੇਕਫਾਸਟ ਦਾ ਟਾਈਮ ਆ ਤਾਂ ਉਹੀ ਸਵੇਰੇ ਅੱਜ ਵਾਂਗ ਫਿਰ ਅਰਲੀ ਉੱਠਣਾ ਪਏਗਾ ਕਿਉਂਕਿ ਡਿਸਟੈਂਸ ਚਾਹੇ 160 ਕਿਲੋਮੀਟਰ ਸੀ ਪਰ ਸਾਨੂੰ ਇੱਥੇ ਆਉਣ ਨੂੰ 5:30 ਘੰਟੇ ਦੇ ਕਰੀਬ ਲੱਗ ਗਏ ਅੱਧਾ ਘੰਟਾ ਵਿੱਚ ਤੁਸੀਂ ਇਹ ਲਗਾ ਲਓ ਕਿ ਅਸੀਂ ਡਿਨਰ ਕੀਤਾ ਤਾਂ ਹੁਣ ਅਸੀਂ ਚੱਲੇ ਹਾਂ ਆਪਣੇ ਰੂਮਸ ਦੇ ਵੱਲ ਅਤੇ ਅੱਜ ਦੀ ਵੀਡੀਓ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਇੱਕ ਰਿਕੁਐਸਟ ਆ ਕਿ ਅਗਰ ਤੁਸੀਂ ਪਹਿਲੀ ਵਾਰ ਚੈਨਲ 'ਤੇ ਆਏ ਹੋ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਅਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਅਤੇ ਕਮੈਂਟ ਜ਼ਰੂਰ ਲਿਖਿਓ ਚੰਗੇ ਜਾਂ ਮਾੜੇ ਜੋ ਵੀ ਤੁਹਾਨੂੰ ਲੱਗਦਾ ਲਿਖਣੇ ਚਾਹੀਦੇ ਨੇ ਉਹ ਕਮੈਂਟ ਜ਼ਰੂਰ ਲਿਖਿਓ ਅਤੇ ਇਹ ਰੂਮਸ ਨੇ ਅਸੀਂ ਇਹਨਾਂ ਰੂਮਸ ਵੱਲ ਚੱਲੇ ਹਾਂ ਤਾਂ ਕੱਲ੍ਹ ਨੂੰ ਆਪਾਂ ਦੇਖਦੇ ਹਾਂ ਫਿਰ ਐਲਪੋਜਾ ਦੇ ਨਜ਼ਾਰੇ ਤਾਂ ਕੱਲ੍ਹ ਨੂੰ ਤੁਹਾਨੂੰ ਬੈਕ ਵਾਟਰ ਦੀ ਸਾਰੀ ਸੈਰ ਕਰਾਉਂਦੇ ਹਾਂ ਬਣੇ ਰਹੋ ਕੱਲ੍ਹ ਨੂੰ ਬੈਕ ਵਾਟਰ ਦੇਖਣ ਲਈ ਇੱਥੇ ਦੇ ਸੋਰਸਿਸ ਦੇਖਣ ਲਈ ਤਾਂ ਮਿਲਦੇ ਹਾਂ ਆਪਾਂ ਸਵੇਰੇ ਗੁੱਡ ਨਾਈਟ ਸ਼ੁਭ ਰਾਤਰੀ ਬਾਏ ਬਾਏ।